ਬਣਾਣੀ ਕੀ ਮਸਾਲਾ ਤਿਆਰ ਕਰ ਰਹੇ ਹੋ ਇਹ ਜਨਾਬ ਅਸੀਂ ਪਹਿਲੇ ਨੰਬਰ ਤੇ ਕੁਹਾਲ ਗੰਦਲ ਭਾਈ ਜੀ ਹੋਰ ਕੁਹਾਲ ਗੰਦਲ ਭਾਈ ਜੀ ਲਾਲ ਮਿਰਚ ਦਾਦਰ ਪਾਈ ਹੈ ਠੀਕ ਹੈ ਉਸ ਤੋਂ ਬਾਅਦ ਕਲਵੰਜੀ ਭਾਈ ਜੀ ਕਾਲਾ ਨਮਕ ਪਾਇਆ ਜਵੈਣ ਪਾਈ ਹੈ ਠੀਕ ਹੈ ਇਹ ਸਾਰੀਆਂ ਚੀਜ਼ਾਂ ਮਿਕਸ ਕਰਕੇ ਹਲੀ ਇਹਦੇ ਵਿੱਚ ਹਰੀ ਮਿਰਚ ਅਤੇ ਅਜਗਰ ਪੈਣਾ ਜਿਹੜੇ ਡੰਗਰਾਂ ਨੂੰ ਜ਼ਹਿਰ ਦਾ ਨੁਕਸ ਹੁੰਦਾ ਹੈ ਪੱਠੇ ਘੱਟ ਖਾਂਦੇ ਨੇ ਜਿਹਨੂੰ ਕੋਈ ਮਸਲਾ ਮਸਾਇਲ ਬਣਦਾ ਹੈ ਕੋਈ ਵੀ ਬਿਮਾਰੀ ਲੱਗੀ ਹੈ ਡੰਗਰ ਨੂੰ ਅਲਹਮਦੁਲਿਲਾ ਇਹ ਮਸਾਲਾ ਦਿੱਤਾ ਜਾਏ ਤੀਸਰੇ ਦਿਨ ਰੂਟੀਨ ਨਾਲ ਮਸਾਲਾ ਤੁਸੀਂ ਦਿਓ ਡੰਗਰ ਦੁੱਧ ਵੀ ਅੱਛਾ ਦੇਗਾ ਉਸ ਤੋਂ ਬਾਅਦ ਡੰਗਰ ਨੂੰ ਕੋਈ ਬਿਮਾਰੀ ਨਹੀਂ ਲੱਗ ਸਕਦੀ ਕਿਸੇ ਤਰ੍ਹਾਂ ਦਾ ਕੋਈ ਮਸਲਾ ਨਹੀਂ ਡੰਗਰ ਵਾਸਤੇ ਬਣੇਗਾ ਇਹ ਮਸਾਲਾ ਸਪੈਸ਼ਲ ਤਿਆਰ ਕੀਤਾ ਗਿਆ ਕੁਹਾਲ ਗੰਦਲ ਦਾ ਇਹਨੂੰ ਹੁਣ ਅਸੀਂ ਬਣਾਇਆ ਅਤੇ ਢੱਕ ਕੇ ਅਸੀਂ ਇਹਨੂੰ ਰੱਖ ਦੇਣ ਲੱਗੇ ਹਾਂ ਇਹ ਮਸਾਲਾ ਅਸੀਂ ਹਾਲੀ 10 ਦਿਨ ਤੋਂ ਬਾਅਦ ਇਹਨੂੰ ਡੰਗਰਾਂ ਨੂੰ ਦੇਣਾ ਸ਼ੁਰੂ ਕਰਨਾ ਅਤੇ 10 ਦਿਨ ਤੋਂ ਬਾਅਦ ਜਦੋਂ ਡੰਗਰਾਂ ਨੂੰ ਦੇਣਾ ਮਸਾਲਾ ਸ਼ੁਰੂ ਕਰਾਂਗੇ ਇਹ ਰੂਟੀਨ ਨਾਲ ਅਸੀਂ ਤੀਸਰੇ ਦਿਨ ਡੰਗਰਾਂ ਨੂੰ ਮਸਾਲਾ ਦੇਣਾ ਜਿਹੜੇ ਇਹਨੂੰ ਤੁਸੀਂ ਮੱਝ ਨੂੰ ਡੰਗ ਗਾਂ ਨੂੰ ਬਸ਼ਰੂੜ ਨੂੰ ਮਸਾਲਾ ਦੇ ਸਕਦੇ ਹੋ ਔਰ ਇਹਦੇ ਨਾਲ ਬਿਮਾਰੀ ਕੋਈ ਨਹੀਂ ਲੱਗ ਸਕਦੀ ਇਹ ਕੁਹਾਲ ਗੰਦਲ ਬੜੀ ਸਪੈਸ਼ਲ ਚੀਜ਼ ਹੈ ਔਰ ਬਹੁਤ ਅੱਛੀ ਚੀਜ਼ ਹੈ ਓਕੇ ਸਾਰਾ ਮਸਾਲਾ ਹੋ ਗਿਆ ਤਿਆਰ ਅਬ ਆਪਕੋ ਹਮ ਗਾਂਯੇ ਔਰ ਮੱਝੇ ਦਿਖਾਤੇ ਹੈ ਅਗਲੀ ਵੀਡੀਓ 'ਚ ਤੁਹਾਨੂੰ ਦੱਸਾਂਗੇ ਕਿ ਇਹਨਾਂ ਨੂੰ ਡੰਗਰਾਂ ਨੂੰ ਪਾਉਣ ਦਾ ਤਰੀਕਾ ਕੀ ਹੈ ਅਤੇ ਕਿੰਝ ਇਹਨਾਂ ਨੂੰ ਇਸਤੇਮਾਲ ਕਰਨਾ ਹੈ ਇਸ ਮਸਾਲੇ ਨੂੰ ਹੁਣ ਤੁਹਾਨੂੰ ਅਸੀਂ ਵਹਾਨੇ ਹਾਂ ਮੱਝਾਂ ਅਤੇ ਗਾਂਯੇ बहुत अच्छा खा रही है जे देख सकते हैं आप तो मेरे प्यार दोस्तों आप अच्छा जे देख लो कितना प्यारा बच्चा है प्यारे दोस्त मैं मज कित भी नहीं देखी बहुत चंगी मज और पट्ठे तूड़ी खाती हरा खाती है तू चंगी मज ਸਾਨੂੰ ਅਸੀਂ ਪਾਵਾਂਗੇ ਕੱਲ ਦਵਾਈ ਜਿਹਦੇ ਨਾਲ ਬਹੁਤ ਸ਼ੇਰ ਮੱਚ ਹੋ ਜਾ